ਸਾਡੀ ਜਿਹੜੀ ਜ਼ਿੰਦਗੀ ਆ ਉਹ ਸਾਡੀਆਂ ਆਦਤਾਂ ਬਣਾਉਂਦੀਆਂ ਨੇ ਤੇ ਆਦਤਾਂ ਹੌਲੀ-ਹੌਲੀ ਪੱਕਦੀਆਂ ਨੇ ਇੱਕ ਦਿਨ 'ਚ ਨਹੀਂ ਪੱਕਦੀਆਂ ਹੈਗੀਆਂ ਸ਼ੁਰੂ ਦੇ ਵਿੱਚ ਅਸੀਂ ਕੋਈ ਕੰਮ ਥੋੜਾ ਕਰਦੇ ਆ ਤੇ ਹੌਲੀ-ਹੌਲੀ ਵਾਧਦੇ ਜਾਂਦੇ ਆ ਜਦੋਂ ਅਸੀਂ ਕਿਸੇ ਗਲਤ ਆਤ ਵੱਲ ਤੁਰ ਰਹੇ ਹੁੰਨੇ ਆ ਨਾ ਤਾਂ ਸਾਡਾ ਮਨ ਸਾਨੂੰ ਇੱਕ ਵਾਰ ਜ਼ਰੂਰ ਗਿਲਟ ਫੀਲ ਕਰਾਉਂਦਾ ਜਦੋਂ ਅਸੀਂ ਕੋਈ ਗਲਤ ਕੰਮ ਪਹਿਲੀ ਵਾਰੀ ਕਰਦੇ ਹਾਂ ਜਦੋਂ ਦੂਜੀ ਵਾਰੀ ਕਰਦੇ ਹਾਂ ਗਿਲਟ ਜ਼ਰੂਰ ਆਉਂਦਾ ਥੋੜਾ ਘੱਟ ਆਉਂਦਾ ਤੀਜੀ ਵਾਰ ਵੀ ਇਸ ਤਰ੍ਹਾਂ ਆਉਂਦਾ ਪਰ ਜਦੋਂ ਤੁਸੀਂ ਉਸੇ ਕੰਮ ਨੂੰ ਬਾਰ-ਬਾਰ ਬਾਰ-ਬਾਰ ਕਰਦੇ ਜਾਂਦੇ ਹੋ ਤਾਂ ਤੁਹਾਡਾ ਮਨ ਤੁਹਾਨੂੰ ਗਿਲਟ ਦਾ ਅਹਿਸਾਸ ਕਰਾਉਣਾ ਹਟ ਜਾਂਦਾ ਕਿਉਂਕਿ ਉਹ ਹੁਣ ਸਾਡੀ ਆਦਤ ਦੇ ਵਿੱਚ شمار ਹੋ ਗਿਆ ਤੇ ਪੱਕੀ ਹੋਈ ਆਦਤ ਨੂੰ ਰਿਵਰਸ ਕਰਨਾ ਕਾਫੀ ਜ਼ਿਆਦਾ ਔਖਾ ਹੁੰਦਾ ਐਜ਼ ਕੰਪੇਅਰ ਟੂ ਉਸ ਚੀਜ ਨੂੰ ਰੋਕਣਾ ਜਿਹੜੇ ਰਾਹ ਤੇ ਅਸੀਂ ਹੁਣ ਤੁਰਨ ਲੱਗੇ ਆ ਜੇ ਤੁਸੀਂ ਦੁਨੀਆ ਦੇ ਵੱਡੇ ਵੱਡੇ ਕ੍ਰਿਮੀਨਲਸ ਜਾਂ ਉਹ ਲੋਕ ਜਿਹੜੇ ਗਲਤ ਰਾਹਤਿਆਂ ਤੇ ਤੁਰੇ ਤਾਂ ਜਦੋਂ ਸਟਾਰਟਿੰਗ ਦੇ ਵਿੱਚ ਉਹਨਾਂ ਨੂੰ ਕਿਸੇ ਨੇ ਟੋਕਿਆ ਤਾਂ ਉਹਨਾਂ ਨੇ ਉਹਨਾਂ ਦਾ ਗੁੱਸਾ ਮੰਨਿਆ ਉਹਨਾਂ ਨੂੰ ਲੱਗਿਆ ਕਿ ਇਹ ਮੈਨੂੰ ਗਲਤ ਕਹਿ ਰਹੇ ਨੇ ਤੇ ਉਸ ਗੁੱਸੇ ਕਰਕੇ ਉਹਨਾਂ ਨੇ ਲੋਕਾਂ ਨੂੰ ਲੋਕਾਂ ਨਾਲ ਲੜੇ ਲੋਕਾਂ ਨੂੰ ਝਿੜਕਿਆ ਤਾਂ ਉਹਨਾਂ ਨੇ ਉਹਨਾਂ ਨੂੰ ਟੋਕਣਾ ਬੰਦ ਕਰ ਦਿੱਤਾ ਚਾਹੇ ਉਹ ਉਹਦੇ ਉਹਨਾਂ ਦੇ ਘਰ ਦੇ ਸੀ ਜਾਂ ਕੋਈ ਹੋਰ ਤਾਂ ਹੋਲੀ-ਹੋਲੀ ਕਰ ਦੇ ਜਦੋਂ ਉਹਨਾਂ ਦੀ ਉਹ ਹੈਬਿਟ ਵੱਧ ਗਈ ਆਦਤ ਪੱਕਦੀ ਗਈ ਤਾਂ ਉਹ ਜ਼ਿੰਦਗੀ ਦੇ ਵਿੱਚ ਉਸ ਰਾਸਤੇ ਤੇ ਚਲੇ ਗਏ ਜਿੱਥੋਂ ਕਦੇ ਮੁੜ ਕੇ ਨਹੀਂ ਆਏ ਜੇ ਤੁਹਾਡਾ ਆਲਾ-ਦਵਾਲਾ ਤੁਹਾਨੂੰ ਕਦੇ ਟੋਕ ਰਿਹਾ ਕਿਸੇ ਗਲਤ ਚੀਜ਼ ਵਾਸਤੇ ਤਾਂ ਉਹਦੇ ਵਾਸਤੇ ਅਕਸੈਪਟੈਂਸ ਜ਼ਰੂਰ ਲੈ ਕੇ ਆਓ ਤੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੋ ਤਾਂ ਅਸੀਂ ਬੁਰੇ ਨਤੀਜਿਆਂ ਤੋਂ ਬਚ ਸਕਦੇ ਹਾਂ ਉਮੀਦ ਹੈ ਗੱਲ ਚੰਗੀ ਲੱਗੀ ਹੋਵੇਗੀ